ਵੈਲਕਮ ਦਿਲਰਾਜ ਪੁੱਲਰ ਅਤੇ ਸ਼੍ਰੀ ਬਰਾੜ ਇਨ ਬੱਲੇ ਬੱਲੇ। ਥੈਂਕ ਯੂ ਜੀ। ਕਿੱਦਾਂ ਭਾਅ ਜੀ? ਬਹੁਤ ਵਧੀਆ ਵੀਰੇ। ਸੋ ਰੀਸੈਂਟ ਸੌਂਗ ਆਇਆ ਗੁੱਚੀ ਗਾਚੀ ਅਤੇ ਜਿਹਨੂੰ ਇੰਨਾ ਵਧੀਆ ਰਿਸਪੋਂਸ ਮਿਲ ਰਿਹਾ, ਸੋ ਕਿੱਦਾਂ ਫੀਲ ਹੋ ਰਿਹਾ ਜੀ? ਵੀਰੇ ਬਹੁਤ ਵਧੀਆ ਫੀਲ ਹੋ ਰਿਹਾ ਜੀ, ਅਤੇ ਮੈਨੂੰ ਅਜੇ ਹਿਸਾਬ ਜਿਹਾ ਨਹੀਂ ਗਾ, ਪਰ ਮੈਨੂੰ ਵਧੀਆ ਲੱਗਦਾ ਵੀ ਗਾਣਾ ਆਇਆ ਅਤੇ ਸਾਰੇ ਜਣੇ ਮੈਸੇਜ ਕਰਦੇ ਆ ਵੀਰੇ, ਚੰਗਾ ਫੀਲ ਹੁੰਦਾ। ਬਾਕੀ ਵੀਰੇ ਦਾ ਬਹੁਤ ਬਹੁਤ ਥੈਂਕ ਯੂ, ਬੱਬੂ ਦਾ, ਸ਼੍ਰੀ ਬਰਾੜ ਦਾ। ਥੈਂਕ ਯੂ ਵੀਰੇ। ਸੋਹਣਾ, ਬਹੁਤ ਸੋਹਣਾ ਗਾਣਾ ਜੀ, ਅਤੇ ਛੋਟੀ ਜਿਹੀ ਕਲਿੱਪ ਸੀਗੀ, ਉਸਨੂੰ ਵੀ ਇੰਨਾ ਪਿਆਰ ਦਿੱਤਾ। ਉਹ ਲੀਕ ਹੋਈ ਸੀ ਥੋੜ੍ਹੀ ਜਿਹੀ ਕਲਿੱਪ, ਬਟ ਉਹਨੂੰ ਵੀ ਇੰਨਾ ਪਿਆਰ ਦਿੱਤਾ, ਅਤੇ ਆਈ ਹੋਪ ਤੁਹਾਨੂੰ ਗਾਣੇ ਦੀ ਵੀਡੀਓ ਵੀ ਪਸੰਦ ਆਉਣੀ ਹੈ। ਸੋ ਇੰਟਰਵਿਊ ਸ਼ੁਰੂ ਹੋਣ ਦੇ ਸਭ ਤੋਂ ਪਹਿਲਾਂ ਇੱਕ ਚੀਜ਼ ਤਾਂ ਪਤਾ ਚੱਲ ਗਈ ਕਿ ਸ਼੍ਰੀ ਬਰਾੜ ਨੂੰ ਬੱਬੂ ਵੀ ਕਿਹਾ ਜਾਂਦਾ। ਹਾਂਜੀ, ਸੋ ਗਾਣਿਆਂ ਦੇ ਵਿੱਚ ਬੱਬੂ ਆਉਂਦਾ, ਕੀ ਨਾਮ ਚੱਲਦਾ ਗਾਣੇ ਦੇ ਵਿੱਚ? ਪਹਿਲਾਂ ਕੁਛ ਗਾਣਿਆਂ 'ਚ ਬੱਬੂ ਵੀ ਆਇਆ। ਬੱਬੂ ਮੇਰੇ ਘਰ ਦਾ ਨਾਮ ਹੈ ਜੀ, ਅਤੇ ਮੋਸਟਲੀ ਸਾਡੇ ਪੰਜਾਬੀਆਂ ਦੇ ਛੋਟੇ ਹੁੰਦਿਆਂ ਨੂੰ ਘਰਾਂ 'ਚ ਬੱਬੂ ਹੀ ਕਿਹਾ ਜਾਂਦਾ ਮੁੰਡਿਆਂ ਨੂੰ, ਅਤੇ ਸ਼੍ਰੀ ਬਰਾੜ ਮੇਰਾ ਵੈਸੇ ਨਾਮ ਹੈ ਜੀ ਹੋਰ ਵੀ ਗਾਣੇ 'ਚ। ਸੋ ਹੁਣ ਰੀਸੈਂਟ ਸੌਂਗ ਜਾਂ ਗੱਲ ਕਰੀਏ ਅੱਗੇ ਆਉਣ ਵਾਲੇ ਸੌਂਗ ਦੀ, ਤਾਂ ਕਿਹੜਾ ਨਾਮ ਸੁਣਨ ਨੂੰ ਮਿਲੂਗਾ? ਸ਼੍ਰੀ ਬਰਾੜ ਜੀ। ਸ਼੍ਰੀ ਬਰਾੜ, ਸ਼੍ਰੀ ਬਰਾੜ। ਸੋ ਗੱਲ ਕਰਦੇ ਹਾਂ ਦਿਲਰਾਜ ਭਾਅ ਜੀ ਨਾਲ, ਕਿ ਦਿਲਰਾਜ ਭਾਅ ਜੀ ਗਾਣਾ ਆਇਆ ਗੁੱਚੀ ਗਾਚੀ ਜਿਹਨੂੰ ਰਿਸਪੋਂਸ ਵੀ ਵਧੀਆ ਮਿਲ ਰਿਹਾ, ਸੋ ਉਸ ਤੋਂ ਪਹਿਲਾਂ ਦੋ ਲਾਈਨਾਂ ਹੋ ਜਾਣ ਫੈਨਸ ਲਈ। ਹਾਂਜੀ 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 ਭਾਅ ਜੀ, ਜ਼ਰੂਰ। ਬੰਦਿਆਂ ਬਰੇਵ ਗੱਲ ਮੂੰਹੋਂ ਖਰੀ ਬੋਲਾਂਗੇ, ਗੁੱਚੀ ਗਾਚੀ ਆਓ ਗੁੱਚੀ ਗਾਚੀ ਛੱਡ ਤੈਨੂੰ ਗੋਲਡਨ ਨਾ ਤੋਲਾਂਗੇ ਗੁੱਚੀ ਗਾਚੀ। ਕਿਆ ਬਾਤ ਹੈ। ਸੌਂਗ ਦੀ ਵੀਡੀਓ ਵੇਖੀ ਜਿਹਦੇ ਅੰਦਰ ਸਟਾਰਿੰਗ ਕੀਤੀ ਹੈ ਸ਼ਹਿਨਾਜ਼ ਗਿੱਲ ਨੇ, ਅਤੇ ਵੋਇਸ ਫੀਚਰਿੰਗ ਹੈਗੀ ਹੈ ਅਫਸਾਨਾ ਖਾਨ ਦੀ। ਹਾਂਜੀ। ਸੋ ਇਹ ਕੰਬੀਨੇਸ਼ਨ ਟੀਮ ਅਪ ਕਿੱਦਾਂ ਹੋਇਆ ਇਸ ਸੌਂਗ ਨੂੰ ਲੈ ਕੇ? ਟੀਮ ਅਪ ਵੀਰੇ ਇੱਦਾਂ ਹੀ ਸੀਗਾ ਜੀ, ਸ਼ਹਿਨਾਜ਼ ਨਾਲ ਗਾਣਾ ਕਰਨਾ ਹੀ ਸੀਗਾ ਅਸੀਂ, ਵੀ ਉਹਨੂੰ ਵਿੱਚ ਫੀਚਰ ਕਰਾਉਣਾ ਸੀਗਾ, ਅਤੇ ਜਦੋਂ ਵੋਕਲ ਦੀ ਗੱਲ ਤਾਂ ਅਸੀਂ ਬਹੁਤ ਬਾਅਦ 'ਚ ਕੀਤੀ ਹੈ ਕੁੜੀਆਂ ਲਾਈਨਾਂ ਵਾਲੀ, ਅਤੇ ਉਹਦੇ 'ਚ ਅਫਸਾਨਾ ਦਾ ਵਧੀਆ ਸੀਗਾ, ਹੁਣ ਬਹੁਤ ਵਧੀਆ ਗਾਉਂਦੇ ਆ ਉਹ, ਅਤੇ ਸਾਨੂੰ ਐਂ ਸੀਗਾ ਵੀ ਥੋੜ੍ਹਾ ਜਿਹਾ ਇੱਕ ਗਾਉਣ ਵਾਲਾ ਵੀ ਚਾਹੀਦਾ ਵਿੱਚ, ਸਾਨੂੰ ਤਾਂ ਚਲੋ ਆਉਂਦਾ ਨਹੀਂ। ਸੋ ਤੁਹਾਡਾ ਜੋ ਸੌਂਗ ਆਇਆ ਇਹ ਸੈਕਿੰਡ ਥਰਡ ਸੌਂਗ ਹੈ, ਸੋ ਪਹਿਲਾਂ ਵੀ ਤੁਹਾਡੇ ਸੌਂਗਸ ਆ ਚੁੱਕੇ ਨੇ ਭਾਅ ਜੀ, ਸੋ ਡੂਇਟ ਸੌਂਗ ਦਾ ਕਿੱਦਾਂ ਪਲਾਨ ਬਣਿਆ ਕਿ ਨਹੀਂ ਯਾਰ ਹੁਣ ਡੂਇਟ ਕਰਦੇ ਹਾਂ ਆਪਾਂ? ਵੀਰੇ ਬੇਸਿਕਲੀ ਮੈਨੂੰ ਇੱਦਾਂ ਲੱਗਦਾ ਵੀ ਇਹ ਜਿੱਦਾਂ ਸ਼ਾਇਦ ਗੋ ਵਿਦ ਫਲੋ ਡੂਇਟ ਗਾਣੇ ਵਧੀਆ ਸੀਗੇ ਸਾਰਿਆਂ ਦੇ, ਹਰਨੇਤ ਵੀਰੇ ਦੇ ਬਹੁਤ ਵਧੀਆ ਚੱਲੇ, ਅਤੇ ਮੈਨੂੰ ਇੱਦਾਂ ਸੀਗਾ ਕਿ ਥੋੜ੍ਹਾ ਜਿਹਾ ਆਪਾਂ ਟਰਾਈ ਕਰ ਸਕਦੇ ਹਾਂ ਵੀ ਡਿਫਰੈਂਟ ਕੁਛ, ਪਹਿਲਾਂ ਸਿੰਗਲ ਸੀਗਾ ਗਾਣਾ, ਅਤੇ ਤਾਂ ਕਰਕੇ ਅਸੀਂ ਡੂਇਟ ਦਾ ਲੈ ਲਿਆ ਵੀਰੇ। ਸੋ ਇੱਕ ਲਿਰਿਕਸ ਰਾਈਟਰ ਅਤੇ ਇੱਕ ਸਿੰਗਰ, ਜੋੜੀ ਬੜੀ ਕੰਬੀਨੇਸ਼ਨ ਹੁੰਦੀ ਹੈ, ਮਤਲਬ ਇੱਕ ਬਹੁਤ ਵਧੀਆ ਕੰਬੀਨੇਸ਼ਨ ਹੁੰਦਾ ਜੇ ਉਹਨਾਂ ਵਿੱਚ ਪਿਆਰ ਮੁਹੱਬਤ ਹੋਵੇ। ਸੋ ਤੁਹਾਡੀ ਗੱਲ ਕਰੀਏ, ਤੁਹਾਡੇ ਦੋਨਾਂ ਅੰਦਰ ਕਿੱਦਾਂ ਦਾ ਰਿਲੇਸ਼ਨਸ਼ਿਪ ਬੌਂਡ ਹੈਗਾ? ਸਾਡਾ ਜੀ ਭਰਾਵਾਂ ਤੋਂ ਵੱਧ ਹੈਗਾ ਸਾਡੇ 'ਚ, ਕਿਉਂਕਿ ਇਹ ਗਾਣਾ ਪਹਿਲਾਂ ਗਾਣਾ ਵੀ ਜਿੱਦਾਂ ਮੈਂ ਕਰ ਰਿਹਾ ਸੀ ਪਹਿਲਾਂ, ਓਕੇ, ਤਾਂ ਬਾਅਦ 'ਚ ਸਾਡਾ ਬਣਿਆ ਇੱਦਾਂ ਕਿ ਹਰਸਿਮਰਨ ਵੀਰ ਕਹਿੰਦਾ ਮੈਂ ਕਰਨਾ, ਹਰਸਿਮਰਨ ਵੀਰ ਦਾ ਬਹੁਤ ਥੈਂਕ ਯੂ ਵੀਰੇ ਉਹਨੇ ਗਾਣਾ, ਤੇ ਫਿਰ ਸਾਡਾ ਹੋਇਆ ਕਿ ਦਿਲਰਾਜ ਬਾਈ ਕਹਿੰਦਾ ਵੀ ਮੈਂ ਕਰਨਾ, ਬਾਈ ਦੀ ਆਵਾਜ਼ 'ਚ ਵੀ ਵਧੀਆ ਲੱਗਿਆ ਜਿਵੇਂ, ਹੈ ਨਾ, ਅਤੇ ਸਾਡੇ 'ਚ ਗਾਣੇ, ਮੈਂ ਅੱਗੇ ਵੀ ਕਹਿੰਦਾ ਗਾਣੇ ਬਹੁਤ ਛੋਟੀ ਚੀਜ਼ ਹੈ, ਹੈ ਨਾ ਜੀ, ਇੱਕ ਸਿੰਗਰ ਦਾ, ਐਕਟਰ ਦਾ, ਕਿਸੇ ਦਾ ਵੀ ਹੈ, ਬਹੁਤ ਛੋਟਾ 2-4 ਸਾਲਾਂ ਦਾ ਹੋਊਗਾ, 10 ਸਾਲਾਂ ਦਾ ਹੋਊਗਾ, ਬਟ ਜਿਹੜੇ ਰਿਸ਼ਤੇ ਹੈਗੇ ਉਹ ਲੌਂਗ ਲਾਈਫ ਚੱਲਦੇ ਆ। ਤਾਂ ਸੋ ਜੋ ਤੁਹਾਡਾ ਰਿਲੇਸ਼ਨਸ਼ਿਪ ਹੈ ਇਹਦੇ ਅੰਦਰ ਲਿਰਿਕਸ ਲਈ ਤੁਸੀਂ ਕਿੱਦਾਂ ਹੁੰਦਾ ਕਿ ਯਾਰ ਫੋਨ ਕਰਕੇ ਕਿਹਾ ਜਾਂਦਾ ਕਿ ਯਾਰ ਇਸ ਵਰਡ 'ਤੇ ਲਿਰਿਕਸ ਲਿਖੇ ਜਾਣ, ਜਾਂ ਤੁਹਾਡੇ ਕੋਲ ਪਏ ਆ ਉਹ ਸਿਲੈਕਸ਼ਨ ਹੁੰਦੀ ਹੈ? ਨਹੀਂ, ਗਾਣੇ ਮੈਂ ਆਪਦੇ ਅਕੋਰਡਿੰਗ ਜਿੱਦਾਂ ਹੁੰਦੇ ਆ, ਕਿਉਂਕਿ ਗਾਣੇ ਲਿਖੇ ਬਹੁਤ ਨੇ ਮੈਂ, ਕਿਉਂਕਿ ਸਟਾਰਟਿੰਗ ਦੇ ਟਾਈਮ 'ਚ ਮੈਂ ਲਿਖਿਆ ਬਹੁਤ, ਆਹ ਜਿੱਦਾਂ ਹੁਣ ਗਾਣੇ ਆਏ ਕੈਸ਼ ਚੱਕ ਯਾਰ ਗਰਾਰੀ ਬਾਜ ਅਤੇ ਦੂਜੇ ਗਾਣੇ ਆਏ, ਇੱਦੋਂ ਪਹਿਲਾਂ ਮੈਂ ਘੱਟ ਤੋਂ ਘੱਟ ਅਸੀਂ ਸਾਲ ਪਹਿਲਾਂ ਦੇਖਿਆ ਸੀ ਮੈਂ 10,000 ਤੋਂ ਉੱਤੇ ਗਾਣੇ ਲਿਖ ਚੁੱਕਿਆ ਸੀਗਾ, ਕਿਉਂਕਿ ਮੇਰੇ ਇੱਕ ਟਾਈਮ ਇਹੋ ਜਿਹਾ ਸੀ, ਇੱਕ ਇੱਕ ਰਾਈਟਰ ਦਾ ਜਿਹੜਾ ਪਾਗਲਪਨ ਕਹਿ ਲਓ ਕਿ ਇੱਕ ਦਿਨ ਦੇ 45-45 ਗਾਣੇ ਲਿਖਣੇ, ਤਾਂ ਹੁਣ ਉਹ ਜਿਹਾ ਨਹੀਂ ਰਿਹਾ ਗਾਣਾ, ਕਿ ਕੋਈ ਵੀ ਗਾਣਾ ਹੁੰਦਾ ਕਿ ਹੁਣ ਸਿੰਪਲ ਲੱਗਦਾ ਸਾਰਾ ਕੁਛ, ਕਿਉਂਕਿ ਇੱਦਾਂ ਲੱਗਦਾ ਕਿ ਆਪਾਂ ਲਿਖ ਚੁੱਕੇ ਹਾਂ, ਉਹ ਸਿਰਫ ਸ਼ਬਦਾਂ ਨੂੰ ਰੱਖਣਾ ਆਪਾਂ ਵਿੱਚ। ਸੋ ਤੁਸੀਂ ਦੱਸਿਆ ਇੰਨੇ ਗਾਣੇ, 10,000 ਗਾਣਾ, 45 ਗਾਣੇ ਇੱਕ ਦਿਨ 'ਚ, ਕੀ ਮਾਇੰਡਸੈਟ ਕੀ ਹੁੰਦਾ ਸੀਗਾ ਯਾਰ ਇੰਨੇ ਗਾਣੇ, ਕਿ ਸੇਮ ਥਿਓਰੀ ਚੱਲਦੀ ਸੀਗੀ ਸਾਰੇ ਰੋਮੈਂਟਿਕ ਸਾਰੇ ਸੈਡ, ਜਾਂ ਮਾਇੰਡਸੈਟ ਚੇਂਜ ਕਰਦੇ ਰਹਿੰਦੇ ਸੀ ਭਾਈ ਤੁਸੀਂ? ਸਟਾਰਟਿੰਗ 'ਚ ਮੈਨੂੰ ਇੱਦਾਂ ਹੁੰਦਾ ਸੀਗਾ ਕਿ ਮੈਨੂੰ ਹੁੰਦਾ ਸੀ ਕਿ ਮੈਂ ਜੇ ਇੱਕ ਗਾਣਾ ਲਿਖ ਰਿਹਾ ਹੁਣ ਸੈਡ ਲਿਖ ਰਿਹਾ, ਤਾਂ ਉਹਦੇ ਲਈ ਮੈਂ ਪੂਰਾ ਇੱਥੋਂ ਤੱਕ ਲਿਖਦਾ ਸੀ ਕਿ ਮੈਂ ਉਹਨਾਂ ਚਿਰ ਗਾਣੇ ਨੂੰ ਪੂਰਾ ਕਰਨਾ ਛੇਤੀ, ਅਤੇ ਮੈਂ ਰੋਣਾ ਇਸ 'ਚ ਕਿ ਉਹਨਾਂ ਚਿਰ ਇਹ ਗਾਣਾ ਕੰਪਲੀਟ ਨਹੀਂ ਮੰਨੂਗਾ ਮੈਂ ਜਿੰਨਾ ਚਿਰ ਰੋਂਦਾ ਨੀਗਾ, ਅਤੇ ਤੁਹਾਨੂੰ ਪਤਾ ਹੈ ਰਾਈਟਰ ਸ਼ਾਇਰ ਇਮੋਸ਼ਨਲ ਬਹੁਤ ਜ਼ਿਆਦਾ ਹੁੰਦੇ ਸੀ, ਫਿਰ ਨੈਕਸਟ ਗਾਣੇ ਲਈ ਮੈਨੂੰ ਚੇਂਜ ਹੁੰਦਾ ਸੀ ਕਿ ਮੈਂ ਉਹਨੂੰ ਭੁੱਲਣਾ ਛੇਤੀ ਅਤੇ ਅਗਲਾ ਸਟਾਰਟ ਕਰਨਾ, ਬਿਕੋਜ਼ ਮੈਂ ਸਟਾਰਟਿੰਗ 'ਚੋਂ ਜਿਹੜੇ ਰਾਈਟਰ ਪੜ੍ਹੇ ਅਤੇ ਕਿ ਉਹਨਾਂ ਬਾਰੇ ਪੜ੍ਹਿਆ ਮੀਰ ਗਾਲਿਬ, ਤਾਂ ਮੈਨੂੰ ਇਹ ਹੁੰਦਾ ਸੀ ਕਿ ਮੈਂ ਉਹ ਬਣਨਾ ਹੈਗਾ। ਬਹੁਤ ਔਖਾ ਹੁੰਦਾ ਹੈ ਸਵਿਚ ਕਰਨਾ ਮਾਇੰਡਸੈਟ ਦਾ, ਤੁਸੀਂ ਕਰ ਰਹੇ ਹੋ, ਇੰਨੇ ਸੌਂਗਸ ਲਿਖੇ ਹੈ, ਕਾਂਗਰੈਟਸ ਹੈ ਤੁਹਾਡੇ ਲਈ, ਤਾਂ ਛੇਤੀ ਛੇਤੀ ਸੌਂਗਸ ਹਨ। ਸੋ ਦਿਲਰਾਜ ਭਾਅ ਜੀ ਤੁਹਾਡੀ ਗੱਲ ਕਰੀਏ, ਇੰਡਸਟਰੀ ਦੇ ਅੰਦਰ ਤੁਹਾਡਾ ਇੱਕ ਫਰੈਂਡ ਹੈ, ਬਹੁਤ ਪੱਕਾ ਫਰੈਂਡ ਕਹਿ ਸਕਦੇ ਹਾਂ ਆਪਾਂ, ਜਿੱਥੇ ਤੁਹਾਨੂੰ ਦੇਖਿਆ ਜਾਂਦਾ, ਸੋ ਉਸ ਬੌਂਡ ਬਾਰੇ ਆਪਾਂ ਸ਼ੇਅਰ ਕਰਦੇ ਹਾਂ, ਕੌਣ ਹੈ ਉਹ ਸਪੈਸ਼ਲ ਵਨ ਅਤੇ ਕਿਹੋ ਬੌਂਡ ਤੁਸੀਂ ਸ਼ੇਅਰ ਕਰਦੇ ਹੋ? ਫਰੈਂਡ ਹੈ ਵੀਰੇ ਬਾਈ ਐਮੀ ਵਿਰਕ, ਅਤੇ ਵੀਰੇ ਨਾਲ ਮੈਨੂੰ ਲੱਗਦਾ 10 ਸਾਲ ਹੋ ਗਏ ਸਾਨੂੰ ਇਕੱਠਿਆਂ ਨੂੰ, 10-11 ਸਾਲ ਜਦੋਂ ਦਾ ਵੀਰੇ ਨੇ ਸ਼ੁਰੂ ਕੀਤਾ,
ਤੇ ਸ਼ੁਰੂ ਕੀਤੇ ਤੋਂ ਪਹਿਲਾਂ ਦੇ ਇਕੱਠਿਆਂ ਸੀ ਮੈਂ ਕਈ ਵਾਰੀ ਵੀਰੇ ਨੂੰ ਗੱਲਾਂ ਗੱਲਾਂ ਚ ਉਸਤਾਦ ਵੀ ਕਹਿਣਾ ਹੁੰਦਾ ਪਿੱਛੇ ਪਿੱਛੇ ਆਉਣਾ ਤੁਸੀਂ ਚਲੋ ਤੇ ਵਧੀਆ ਲੱਗਦਾ ਵੀਰੇ ਬਹੁਤ ਵਧੀਆ ਬਣਨੀ ਆ ਵੀਰੇ ਹਮੇਸ਼ਾ ਸਪੋਰਟ ਕਰਦਾ ਤੇ ਮਤਲਬ ਕੁਛ ਬੰਦੇ ਇਹੋ ਜਿਹੇ ਹੁੰਦੇ ਜਿਹਨਾਂ ਨੂੰ ਕਹਿਣ ਦੀ ਲੋੜ ਨਹੀਂ ਪੈਂਦੀ ਕਿਸੇ ਵੀ ਗੱਲ ਦੀ ਉਹ ਸਮਝਦਾ ਹਰ ਗੱਲ ਨੂੰ ਤੇ ਹਰ ਜਗ੍ਹਾ ਤੇ ਸਪੋਰਟ ਕਰਦਾ ਜਿਵੇਂ ਹੁਣ ਪਿੱਛੇ ਅਸੀਂ ਗਾਣਾ ਆਇਆ ਜਾਂ ਪੋਸਟਰ ਕੀਤਾ ਤਾਂ ਮੈਨੂੰ ਲੱਗਦਾ ਨਹੀਂ ਮੈਨੂੰ ਕਦੇ ਵੀ ਉਹਨੂੰ ਕਹਿਣਾ ਪੈਂਦਾ ਕਿਸੇ ਗੱਲ ਵਾਸਤੇ ਵੀਰਾ ਹੁਣ ਫਿਲਹਾਲ ਸ਼ੂਟ ਕਰਦਾ ਪਿਆ ਬਾਹਰ ਤੇ ਨਾਲ ਨਹੀਂ ਆ ਪਰ ਉਹ ਦਿਲੋਂ ਬਿਲਕੁਲ ਨਾਲ ਆ ਬਿਲਕੁਲ ਬਹੁਤ ਵਧੀਆ ਬਣਨੀ ਸੋ 10 ਸਾਲ ਤੁਸੀਂ ਕਿਹਾ ਤੁਸੀਂ ਤੂੰ ਚੱਲ ਮੈਂ ਪਿੱਛੇ ਪਿੱਛੇ ਆਇਆ ਤੇ 10 ਸਾਲ ਦਾ ਗੈਪ ਕਿਉਂ ਪਿਆ ਜਾਂ ਇਸ ਗੱਲ ਨਹੀਂ ਹਜੇ ਹੋਰ ਸਟੇਬਲ ਹੋ ਜਾਈਏ ਆਪਾਂ ਨਹੀਂ ਸ਼ੁਰੂ ਹੀ ਮੈਨੂੰ ਲੱਗਦਾ ਮੈਂ ਸਾਲ ਕੁ ਤੋਂ ਹੀ ਕੀਤਾ ਤੇ ਨਾਲੇ ਮੈਂ ਸੋਚਿਆ ਹੀ ਮੈਨੂੰ ਲੱਗਦਾ 2-3 ਸਾਲਾਂ ਤੋਂ ਵੀ ਕਦੇ ਮੈਂ ਸੋਚਿਆ ਨਹੀਂ ਸੀ ਮੈਂ ਭੰਗੜਾ ਕਰਦਾ ਹੁੰਦਾ ਸੀ ਪਹਿਲਾਂ ਓਕੇ ਤੇ ਮੈਂ ਯੂਨੀਵਰਸਿਟੀ ਭੰਗੜਾ ਕਰਦਾ ਹੁੰਦਾ ਸੀਗਾ ਤੇ ਅਸੀਂ ਮੋਦੀ ਕਾਲਜ ਮਿਲੇ ਸੀ ਮੈਂ ਤੇ ਵੀਰਾ ਪਟਿਆਲੇ ਤੇ ਉੱਥੇ ਤੋਂ ਬਾਅਦ ਉੱਥੇ ਭੰਗੜਾ ਕਰਦਾ ਹੁੰਦਾ ਸੀ ਵੀਰਾ ਗਾਉਂਦਾ ਹੁੰਦਾ ਸੀਗਾ ਤੇ ਬਸ ਹੌਲੀ ਹੌਲੀ ਵੀਰੇ ਸ਼ੌਂਕ ਜਿਹਾ ਆ ਗਿਆ ਵਧੀਆ ਲੱਗਦਾ ਵੀ ਹੁਣ ਤੁਹਾਨੂੰ ਭੰਗੜਾ ਵੀ ਆਉਂਦਾ ਸਿੰਗਿੰਗ ਵੀ ਆਉਂਦੀ ਹੁਣ ਵੀਡੀਓ ਤਾਂ ਸਾਰੇ ਤੁਸੀਂ ਹੋਈਗੇ ਛਾਈਗੇ ਮਤਲਬ ਹੁਣ ਅੱਗੇ ਬੀਟ ਸੌਂਗ ਦੀ ਗੱਲ ਕਰੀਏ ਤਾਂ ਉੱਥੇ ਲੋੜ ਹੀ ਨਹੀਂ ਪੈਣੀ ਟੀਵੀ ਕਰੂ ਦੀ ਜਾਂ ਪਿੱਛੇ ਬਿਹਾਈਂਡ ਦੇ ਬੰਦਿਆਂ ਦੀ ਹਾਂਜੀ ਹਾਂਜੀ ਵੀਰੇ ਨਹੀਂ ਲੋੜ ਤਾਂ ਦੇਖੋ ਵੀਰੇ ਸਾਰੇ ਬੰਦਿਆਂ ਦੀ ਆ ਪਰ ਮੈਨੂੰ ਐਂ ਆ ਵੀ ਮੈਨੂੰ ਭੰਗੜਾ ਕਰਨਾ ਬਹੁਤ ਵਧੀਆ ਲੱਗਦਾ ਵੈਸੇ ਵੀ ਮੈਨੂੰ ਇੱਦਾਂ ਹੁੰਦਾ ਵੀ ਜੇ ਤਾਂ ਭੰਗੜੇ ਵਾਲੇ ਮੁੰਡੇ ਵੈਸੇ ਕਿਸੇ ਚੀਜ਼ ਦੀ ਲੋੜ ਨਹੀਂ ਪੈਂਦੀ ਤਾਂ ਫਿੱਟ ਬਹੁਤ ਰਹਿੰਦੇ ਆਪਦੇ ਆਪ 'ਚ ਹੀ ਪਰ ਹੁਣ ਤਾਂ ਮੈਂ ਸ਼ਾਇਦ ਥੋੜ੍ਹਾ ਅਨਫਿੱਟ ਹੋ ਗਿਆ ਅਤੇ ਕੀਤਾ ਨਹੀਂ ਕਾਫੀ ਟਾਈਮ ਹੋ ਗਿਆ ਤਾਂ ਕਰਕੇ ਮੈਨੂੰ ਵਧੀਆ ਲੱਗਦਾ ਵੀਰੇ ਉਹ ਸੋ ਤੁਸੀਂ ਜਿੱਦਾਂ ਦੱਸਿਆ ਕਿ ਤੁਹਾਡਾ 10 ਸਾਲ ਤੋਂ ਉੱਤੇ ਦਾ ਬੌਂਡ ਐਮੀ ਭਾਅ ਜੀ ਨਾਲ ਸੋ ਕੋਈ ਐਜੀ ਚੀਜ਼ ਹੈਗੀ ਜਾਂ ਤੁਸੀਂ ਕਿਹਾ ਹੋਵੇ ਕਿ ਯਾਰ ਇਹ ਚੀਜ਼ ਨਹੀਂ ਪਸੰਦ ਮੈਨੂੰ ਜਾਂ ਤੂੰ ਇੱਦਾਂ ਨਾ ਕਰਤੇ ਉਹ ਮੰਨੀ ਗਈ ਹੋ ਜਾਂ ਛੱਡ ਦਿੱਤੀ ਕੋਈ ਐਜੀ ਗੱਲ ਯਾਦ ਹੈ ਤੁਹਾਨੂੰ ਕੋਈ ਮੂਮੈਂਟ ਸ਼ੇਅਰ ਕਰਨਾ ਚਾਹੋਗੇ ਭਾਅ ਜੀ ਬਹੁਤ ਗੱਲਾਂ ਹੁੰਦੀਆਂ ਵੀਰੇ ਐਮੀ ਵੀਰਾ ਜਿਵੇਂ ਸ਼ੁਰੂ ਤੋਂ ਹੀ ਉਹ ਯਾਰੀ ਦੋਸਤੀ 'ਚ ਵਧੀਆ ਰੱਖਦਾ ਪੈਰ ਹਾਂਜੀ ਅਤੇ ਜਿੱਦਾਂ ਕੋਈ ਵੀ ਗਾਣਾ ਉਹਨਾਂ ਨੇ ਕਰਨਾ ਹੁੰਦਾ ਤਾਂ ਉਹ ਸ਼ੇਅਰ ਕਰਦਾ ਹਰੇਕ ਨਾਲ ਪਹਿਲਾਂ ਅਤੇ ਪਿੱਛੇ ਜੇ ਇੱਕ ਫਿਲਮ ਦੀ ਗੱਲ ਸੀ ਵੀਰੇ ਉਦੋਂ ਵੀ ਸ਼ੇਅਰ ਕੀਤੀ ਸਾਰਿਆਂ ਨੇ ਸਾਨੂੰ ਕੁਛ ਬੰਦਿਆਂ ਨੂੰ ਨਹੀਂ ਪਸੰਦ ਆਈ ਤਾਂ ਉਹਨੇ ਨਹੀਂ ਕੀਤੀ ਸੀ ਤਾਂ ਵਧੀਆ ਬਾਉਂਡਿੰਗ ਆਪਸ ਮੇਂ ਵੀਰੇ ਅਤੇ ਬਾਕੀ ਗਾਣੇ ਦਾ ਇੱਦਾਂ ਹੀ ਹੁੰਦਾ ਵੀ ਇੱਕ ਦੂਜੇ ਨਾਲ ਸ਼ੇਅਰ ਕਰਨਾ ਮੈਂ ਵੀ ਪੁੱਛ ਕੇ ਕਰਦਾ ਵੀਰੇ ਨੂੰ ਜਦੋਂ ਅਸੀਂ ਬੰਬੇ ਸੀਗੇ ਜਦੋਂ ਗੁੱਚੀ ਗਾਚੀ ਹਰਸਿਮਰਨ ਵੀਰੇ ਤੋਂ ਲਿਆ ਸੀ ਗਾਣਾ ਅੱਛਾ ਅਤੇ ਵੀਰੇ ਦਾ ਬੜਾ ਬੜਾ ਥੈਂਕ ਯੂ ਯਾਰ ਅਤੇ ਉਦੋਂ ਵੀ ਕੀ ਨਾਲ ਲੈਂਦੇ ਅਸੀਂ ਮੈਂ ਕੀਤਾ ਸੀ ਉਸਤਾਦ ਨਾਲ ਸ਼ੇਅਰ ਐਮੀ ਨਾਲ ਅਤੇ ਕਹਿੰਦਾ ਵੀ ਆਹ ਗਾਣਾ ਵਧੀਆ ਓਕੇ ਹੋ ਜੂਗੀ ਰਿਪੋਰਟ ਵੀ ਆਪਾਂ ਗਾਣਾ ਸੋ ਮਤਲਬ ਤੁਹਾਡੇ ਸੌਂਗ ਦੀ ਪਹਿਲਾਂ ਡਿਸਕਸ਼ਨ ਐਮੀ ਭਾਈ ਨਾਲ ਹੁੰਦੀ ਹੈ ਕਿ ਆਪਾਂ ਇਹ ਕਰਨਾ ਚਾਹੀਦਾ ਜਾਂ ਨਹੀਂ ਕਰਨਾ ਚਾਹੀਦਾ ਇੱਦਾਂ ਦਾ ਰਿਲੇਸ਼ਨਸ਼ਿਪ ਤੁਸੀਂ ਸ਼ੇਅਰ ਕਰ ਰਹੇ ਹੋ ਭਾਅ ਜੀ ਨਾਲ ਜੀ ਵੀਰੇ ਰਿਲੇਸ਼ਨਸ਼ਿਪ ਸ਼ੇਅਰ ਕਰ ਰਹੇ ਹਾਂ ਗਾਣੇ ਦਾ ਤਾਂ ਇੱਦਾਂ ਨਾ ਵੀਰੇ ਅਸੀਂ ਸਾਰਿਆਂ ਨਾਲ ਹੀ ਸ਼ੇਅਰ ਕਰ ਲੈਂਦੇ ਹਾਂ ਕਿਉਂਕਿ ਵੀਰੇ ਸਾਨੂੰ ਮੈਨੂੰ ਲੱਗਦਾ ਜੇ 10 ਸਾਲ ਇਕੱਠੇ ਰਹਿੰਦੇ ਨੇ ਹੋ ਗਏ ਤਾਂ ਸਾਨੂੰ 10 ਸਾਲ ਹੀ ਘਰੋਂ ਬਾਹਰ ਰਹਿੰਦੇ ਨੇ ਹੋ ਗਏ ਹਾਂਜੀ ਹਾਂਜੀ ਤਾਂ ਬਾਹਰ ਵੀ ਇਹੀ ਸਾਡਾ ਇੱਕ ਪਰਿਵਾਰ ਹੀ ਹੈ ਵੀਰੇ ਹੈ ਨਾ ਅਸੀਂ ਜਿੰਨੇ ਸਾਰੇ ਜਣੇ ਇਕੱਠੇ ਰਹਿੰਦੇ ਹਾਂ ਮੈਂ ਲਾਲਾ ਬੰਪੀ ਭਗਵੰਤ ਵੀਰਾ ਖੁਸੇ ਹੋਣੀ ਸਾਰੇ ਅਤੇ ਅਸੀਂ ਵੀਰੇ ਸਾਰੇ ਇੱਦਾਂ ਆ ਗੱਲ ਵੀ ਪਰਿਵਾਰ ਵਾਂਗੂ ਰਹਿੰਦੇ ਹਾਂ ਅਤੇ ਪਰਿਵਾਰ 'ਚ ਗੱਲ ਇੱਕ ਦੂਜੇ ਨਾਲ ਅਸੀਂ ਸ਼ੇਅਰ ਕਰਦੇ ਰਹਿੰਦੇ ਹਾਂ ਸੋ ਭਾਅ ਜੀ ਸੌਂਗਸ ਦੀ ਗੱਲ ਕਰੀਏ ਅੱਜ ਕੱਲ੍ਹ ਬਹੁਤ ਟਰੈਂਡ ਚੱਲ ਰਿਹਾ ਕੋਈ ਵੀ ਚੀਜ਼ ਟ੍ਰੈਂਡਿੰਗ 'ਚ ਹੁੰਦੀ ਹੈ ਉਸ ਦੇ ਉੱਤੇ ਗਾਣਾ ਬਣ ਜਾਂ ਜਿਵੇਂ ਟਿਕਟੋਕ ਟ੍ਰੈਂਡ 'ਚ ਹੈ ਜਾਂ ਕੋਈ ਗਨ ਟ੍ਰੈਂਡ ਦੇ ਅੰਦਰ ਹੈ ਉੱਦਾਂ ਦੇ ਸੌਂਗਸ ਆ ਰਹੇ ਸੋ ਤੁਹਾਡੇ ਦੋਨਾਂ ਦੀ ਕੀ ਚੋਇਸ ਹੈ ਤੁਹਾਡੇ ਲਿਖਣ ਵਿੱਚ ਕੀ ਚੋਇਸ ਰਹਿੰਦੀ ਹੈ ਕਿ ਜੋ ਟ੍ਰੈਂਡ ਚੱਲ ਰਿਹਾ ਉਸ ਦੇ ਉੱਤੇ ਲਿਖਿਆ ਜਾਵੇ ਅਤੇ ਤੁਸੀਂ ਐਜ਼ ਅ ਸਿੰਗਿੰਗ ਪਾਰਟ 'ਚ ਕੀ ਦੇਖਦੇ ਹੋ ਕਿ ਯਾਰ ਜੋ ਟ੍ਰੈਂਡ ਚੱਲ ਰਿਹਾ ਆਪਾਂ ਉਸ ਨੂੰ ਹੀ ਗਾਈਏ ਤਾਂ ਕਿ ਆਪਾਂ ਹਿੱਟ ਹੋ ਜਾਈਏ ਤੁਹਾਡਾ ਕੀ ਸੋਚਣਾ ਇਸ ਚੀਜ਼ ਨੂੰ ਲੈ ਕੇ ਐਜ ਏ ਰਾਈਟਰ ਮੈਂ ਦੇਖਦਾ ਕਿ ਕੁਛ ਡਿਫਰੈਂਟ ਕਰਾਂ ਬਿਕੋਜ਼ ਸਾਰੇ ਹੀ ਕਰ ਰਹੇ ਆ ਮੈਂ ਉਸ ਪਾਸੇ ਨਾ ਹੋਵਾਂ ਅਤੇ ਮੈਨੂੰ ਨਹੀਂ ਲੱਗਦਾ ਇੱਕ ਸਾਡੇ ਰਾਈਟਰ ਜਿੰਨੇ ਹੈਗੇ ਜਾਂ ਸਿੰਗਰ ਹੈ ਸਾਨੂੰ ਜੋ ਅਸੀਂ ਚਾਹੁੰਦੇ ਹਾਂ ਉਹ ਲਿਖੇ ਜਾਂ ਗਾ ਨਹੀਂ ਸਕਦੇ ਛੇਤੀ ਅਸੀਂ ਕਿਉਂਕਿ ਜੋ ਚੱਲ ਰਿਹਾ ਹੈਗਾ ਕੰਪਨੀਆਂ ਕਰਕੇ ਜਾਂ ਬਹੁਤ ਸਾਰੀਆਂ ਚੀਜ਼ਾਂ ਕਰਕੇ ਸਾਨੂੰ ਉਹ ਗਾਉਣਾ ਪੈਂਦਾ ਕਈ ਵਾਰੀ ਅਤੇ ਵੈਸੇ ਮੈਂ ਆਪਣੇ ਤਰੀਕੇ ਨਾਲ ਕਾਫੀ ਗਾਣੇ ਕਰ ਰਿਹਾ ਕਾਫੀ ਹਟ ਕੇ ਹੋਣਗੇ ਬਟ ਮੈਂ ਚਾਹੁੰਦਾ ਕਿ ਮੈਂ ਕਿਸੇ ਕੰਪਨੀ ਦੇ ਸਿਰ 'ਤੇ ਨਾ ਕਰਾਂ ਕਿ ਉਹਨੂੰ ਕੋਈ ਲੋਸ ਹੋਵੇ ਇਸ ਚੀਜ਼ ਨਾਲ ਤਾਂ ਆਪਣੇ ਸਿਰ 'ਤੇ ਉਹ ਗਾਣੇ ਕਰਨੇ ਚਾਹੁੰਦਾ ਸੋ ਐਜ਼ ਅ ਸਿੰਗਰ ਭਾਈ ਤੁਹਾਡਾ ਕੀ ਕਹਿਣਾ ਇਸ ਚੀਜ਼ ਨੂੰ ਲੈ ਕੇ ਸਿੰਗਰ ਵਾਲੇ ਬੰਨੇ ਨੂੰ ਮੈਨੂੰ ਲੱਗਦਾ ਐਂ ਵੀ ਰਾਈਟਰ ਨੂੰ ਜ਼ਿਆਦਾ ਪਤਾ ਹੁੰਦਾ ਪਰ ਸਿੰਗਰ ਨੂੰ ਤਾਂ ਵੀਰੇ ਐਂ ਹੁੰਦਾ ਵੀ ਜਿਹੜੀ ਚੀਜ਼ ਹੁਣ ਮੈਂ ਵੀ ਜਿਵੇਂ ਇਹਦੇ ਨਾਲ ਗੱਲ ਕਰਦਾ ਸੀ ਵੀਰੇ ਪਹਿਲਾਂ ਵੀ ਆਹ ਗਾਣੇ ਗੁੱਚੀ ਗੱਚੀ ਪਹਿਲਾਂ ਗਾਣਾ ਕੀਤਾ ਮੈਂ ਅਤੇ ਬੱਬੂ ਨੇ ਅਤੇ ਪਹਿਲਾਂ ਮੈਨੂੰ ਐਂ ਕਹਿੰਦਾ ਸੀ ਬਾਈ ਉਹਦਾ ਐਂ ਚੱਲੀ ਜਾਂਦਾ ਐਂ ਲਿਖ ਲਾ ਯਾਰ ਐਂ ਕਰ ਲੈਂਦੇ ਆ ਮੈਨੂੰ ਤਾਂ ਸ਼ਾਇਦ ਇੱਦਾਂ ਹੀ ਹੁੰਦਾ ਵੀ ਜਿਹੜਾ ਚੱਲ ਰਹੀ ਹੈ ਚੀਜ਼ ਉਹਦੇ ਨਾਲ ਚੱਲ ਸਕਦੇ ਹਾਂ ਹੈ ਨਾ ਠੀਕ ਅਤੇ ਥੋੜ੍ਹਾ ਜਿਹਾ ਫਲੋ ਨਾਲ ਜਾਣ 'ਚ ਜ਼ਿਆਦਾ ਇੰਟਰਸਟ ਕਰਦਾ ਮੈਂ ਵੀ ਚਲੋ ਸੋ ਹੁਣ ਅੱਗੇ ਗੱਲ ਕਰੀਏ ਤੁਹਾਡੇ ਜਿਹੜੇ ਸੌਂਗਸ ਆਉਣਗੇ ਉਹਦੇ ਵਿੱਚ ਗਨਸ ਦੀ ਗੱਲਾਂ ਜਾਂ ਜੋ ਚੱਲਦਾ ਹੈ ਦਾਰੂ ਪਾਰਟੀ ਵਾਰਟੀ ਉਹ ਜੀ ਗੱਲਾਂ ਵੀ ਦੇਖਣ ਨੂੰ ਉਹ ਜੇ ਸੌਂਗਸ ਵੀ ਆਉਣ ਨੂੰ ਦੇਖਣ ਨੂੰ ਮਿਲਣਗੇ ਸਾਨੂੰ ਭਾਅ ਜੀ ਅਜੇ ਵੀਰੇ ਗਾਹਾਂ ਵਾਲਾ ਕੁਛ ਪਲੈਨ ਨਹੀਂ ਕੀਤਾ ਓਕੇ ਅਤੇ ਤਾਂ ਕਰਕੇ ਪਰ ਜ਼ਿਆਦਾ ਨਹੀਂ ਵੀਰੇ ਐਵੇਂ ਆਪਾਂ ਕਹਿ ਦਈਏ ਵੀ ਮੈਂ ਮਾਰ ਦੂੰਗਾ ਮੈਂ ਪੜ੍ਹ ਦੂੰਗਾ ਕੱਟ ਦੂੰਗਾ ਉਹ ਮੈਨੂੰ ਲੱਗਦਾ ਨਹੀਂ ਵੀ ਮੈਂ ਤੋਂ ਹੋ ਵੀ ਪਾਉਣਾ ਜਾਂ ਮੇਰੀ ਪਰਸਨੈਲਿਟੀ ਵੀ ਉੱਦਾਂ ਦੀ ਓਕੇ ਸੋ ਇੱਕ ਪੰਜਾਬੀ ਇੰਡਸਟਰੀ ਦੇ ਅੰਦਰ ਨਾ ਸਿੰਗਰ ਦੇ ਅੰਦਰ ਬੜੀ ਕਾਮਨ ਜਿਹੀ ਚੀਜ਼ ਹੈ
ਤੇ ਤਾਂ ਇਹ ਚੀਜ਼ਾਂ ਮੈਨੂੰ ਲੱਗਦਾ ਗਾਣੇ 'ਚ ਆ ਗਈਆਂ। ਸੋ ਦਿਲਰਾਜ ਭਾਈ ਦਾ ਆਪਾਂ ਕਹਿ ਸਕਦੇ ਹਾਂ ਫੇਵਰੇਟ ਹੈ ਗੁੱਚੀ। ਨਹੀਂ ਵਧੀਆ ਲੱਗਦਾ ਵੀਰੇ ਮੈਨੂੰ ਪਾਉਣਾ, ਪਰ ਗੁੱਚੀ ਦਾ ਜ਼ਿਆਦਾ ਸਮਾਨ ਨਹੀਂ ਮੇਰੇ ਕੋਲ, ਥੋੜ੍ਹਾ ਬਹੁਤ ਹੀ ਲਿਆ ਜਾਂਦਾ ਵੀਰੇ, ਔਖਾ ਹੋ ਜਾਂਦਾ। ਮਤਲਬ ਸ਼ੂਜ਼ ਗੁੱਚੀ ਦੇ ਕੀ ਭਗਵੰਤ ਵੀਰੇ ਦੇ ਜੀ ਪਾ ਕੇ ਆਇਆ। ਸੋ ਗੁੱਚੀ ਦਾ ਕੀ ਬ੍ਰਾਂਡ ਤੁਸੀਂ ਹੈਗਾ, ਤੁਸੀਂ ਕਹਿੰਦਾ ਥੋੜ੍ਹਾ ਕਿਹੜੀ ਕਿਹੜੀ ਚੀਜ਼ਾਂ ਆਪਾਂ ਨੂੰ ਹੈਗੀ? ਆਪਾਂ ਤਾਂ ਵੀਰੇ ਟੀ ਸ਼ਰਟ ਟੂ ਸ਼ਰਟ ਲੈ ਸਕਦੇ ਹੁੰਦੇ ਹਾਂ, ਬੂਟਾਂ ਦਾ ਜੇ ਲਹਿੰਗਾ ਕੰਮ ਹੈ। ਭਗਵੰਤ ਵੀਰੇ ਦਾ ਜੀ ਪ੍ਰੋਡਿਊਸਰ ਹੈ, ਸਾਈ ਤੋਂ ਗਾਣਾ ਹੈ ਜੀ, ਭਗਵੰਤ ਵੀਰਾ ਪ੍ਰੋਡਿਊਸਰ ਹੈ। ਸੋ ਭਾਅ ਜੀ ਖਾਸੀਅਤ ਹੁੰਦੀ ਹੈ ਲਿਰਿਕਸ ਰਾਈਟਰ ਦੀ, ਉਹ ਗਾਣਾ ਗਾ ਵੀ ਸਕਦਾ ਤੁਹਾਡੇ ਕੋਲ ਇਹੋ ਜਿਹੀਆਂ ਲਾਈਨਸ ਵੀ ਹੁੰਦੀਆਂ ਜੋ ਸਪੈਸ਼ਲ ਆਪਦੇ ਵਾਸਤੇ ਰੱਖਦਾ, ਸੋ ਦੋ ਲਾਈਨਾਂ ਕੋਈ ਇਹੋ ਜਿਹੀ ਜਿਹੜੀ ਤੁਸੀਂ ਸ਼ੇਅਰ ਕਰ ਸਕੋ? ਕੋਈ ਵੀ ਦੋ ਲਾਈਨਾਂ ਜੀ? ਹਾਂਜੀ ਠੀਕ ਹੈ। ਇਸ ਤੋਂ ਬਾਅਦ ਦਿਲਰਾਜ ਭਾਈ ਦੀ ਵਾਰੀ ਹੈ, ਗੁੱਚੀ ਦੀਆਂ ਦੋ ਲਾਈਨਾਂ ਫੇਰ ਗਾਣਗੀਆਂ ਕੋਈ ਹੋਰ ਪੈਰੇ ਦੀ ਬਾਈ, ਮੈਨੂੰ ਆਉਂਦਾ ਹੀ ਉਹ ਇੱਕ ਜੇ ਤੀਜੀ ਖੁੱਲਦੀ ਹੈ ਦੋਹਾਂ ਵਿੱਚ ਕੀ ਰੱਖਿਆ, ਜੇ ਅੱਖ ਤੀਜੀ ਖੁੱਲਦੀ ਹੈ ਦੋਹਾਂ ਵਿੱਚ ਕੀ ਰੱਖਿਆ, ਤੂੰ ਜ਼ਬਾਨੋਂ ਪਾਕ ਹੋ ਜਾਈਂ ਦੱਸ ਸੋਹਾਂ ਵਿੱਚ ਕੀ ਰੱਖਿਆ, ਜਿਹਨੂੰ ਲੱਭਦਾ ਫਿਰਦਾ ਇੱਥੇ ਮਿਲਾ ਦਈਏ, ਸ਼੍ਰੀ ਬਰਾੜਾ ਫੇਰ ਦੂਰ ਕੋਹਾਂ ਵਿੱਚ ਕੀ ਰੱਖਿਆ। ਥੈਂਕ ਯੂ ਜੀ। ਕਿਆ ਬਾਤ ਹੈ ਭਾਅ ਜੀ, ਰੋਮਾਂਟਿਕ ਸੀਨ ਵੀ ਦੇਖਣ ਨੂੰ ਮਿਲਣਗੇ ਸਾਨੂੰ ਅੱਗੇ। ਸੋ ਹੁਣ ਦਿਲਰਾਜ ਭਾਅ ਜੀ ਦੋ ਲਾਈਨਾਂ ਗੁੱਚੀ ਗਾਚੀ ਦੀਆਂ ਜੀ। ਵੀਰੇ ਮੇਰੇ ਨਾਲ ਉਸਤਾਦ ਸਾਦੇ ਜੀ, ਵੀਰੇ ਇੱਕ ਸਾਡੀ ਕਲਿੱਪ ਅਸੀਂ ਗਾਣੇ ਤੋਂ ਪਹਿਲਾਂ ਪਾਈ ਸੀ, ਉਹ ਕਾਫੀ ਪਿਆਰ ਦਿੱਤਾ ਸੀ ਉਹਨੂੰ, ਉਹ ਲਾਈਨ ਮੈਂ ਸੁਣਾ ਤੁਹਾਨੂੰ। ਉਹ ਲਾਈਫ ਟਾਈਮ ਚੱਲ ਦੀ ਗਰੰਟੀ ਦੇਵਾਂਗੇ, ਉਹ ਰਾਖੀ ਕਰਨਗੇ ਸਾਡੇ ਹਥਿਆਰ ਨਹੀਂ, ਉਹ ਅੱਜ ਤਾਂ ਹੀ ਪੈਂਦੇ ਆਏ ਵੈਰ, ਜੱਟ ਦੇ ਨਹੀਂ ਹੋਇਆ ਪਹਿਲੀ ਵਾਰੀ ਮੁੰਡੇ ਨੂੰ ਪਿਆਰ ਨਹੀਂ, ਉਹ ਜੈਨੂਅਨ ਬੰਦੇ ਸਾਡੇ ਕੰਮ ਭਾਵੇਂ ਗੰਦੇ, ਕਹਿਤੀ ਜਿਹੜੀ ਗੱਲ ਅਸੀਂ ਗੱਲ ਤੋਂ ਨਾ ਡੋਲਾਂਗੇ, ਗੁੱਚੀ ਗਾਚੀ ਓ ਗੁੱਚੀ ਗਾਚੀ ਛੱਡ ਤੈਨੂੰ ਗੋਲਡ ਨਾ ਤੋਲਾਂਗੇ, ਗੁੱਚੀ ਗਾਚੀ ਬੰਦਿਆਂ ਬਰੇਵ ਗੱਲ ਮੂੰਹੋਂ ਖਰੀ ਬੋਲਾਂਗੇ, ਗੁੱਚੀ ਗਾਚੀ। ਕਿਆ ਬਾਤ ਹੈ। ਸੋ ਭਾਅ ਜੀ ਇੱਕ ਗੱਲ ਹੋਰ ਵੀ ਨਹੀਂ ਸੀ, ਇਹਦੀ ਕੋਂਪੋ ਬਹੁਤ ਪਿਆਰੀ ਹੈ, ਸੌਂਗ ਦੀ ਕੰਪੋਜੀਸ਼ਨ ਬਹੁਤ ਪਿਆਰੀ ਹੈ। ਸੋ ਹਾਂਜੀ ਜੋ ਮਾਇੰਡ ਦੇ ਅੰਦਰ ਇੱਕੋਦਮ ਸੈੱਟ ਹੋ ਜਾਂਦੀ ਹੈ। ਸੋ ਇਹ ਕੋਂਪੋ ਕਿੰਨੇ ਡਿਸਾਈਡ ਕੀਤੀ, ਕਿੱਦਾਂ ਇਹ ਮੇਲ ਹੋਇਆ ਵੀ ਆਪਾਂ ਇਸ ਫਲੋ ਦੇ ਅੰਦਰ ਗਾਣਾ ਕਰਨਾ? ਕੋਂਪੋ ਇਹ ਹੋਰ ਗਾਣੇ ਦੀ ਸੀਗੀ ਮੇਰੇ ਦੀ ਜੀ ਪਹਿਲਾਂ। ਓਕੇ ਤਾਂ ਮੈਨੂੰ ਇਹ ਰਹਿੰਦਾ ਕਿ ਮੈਂ ਜੇ ਇੱਕ ਗਾਣਾ ਕਰਦਾ ਹੈਗਾ ਤਾਂ ਮੈਨੂੰ ਹੁੰਦਾ ਕਿ ਮੈਂ ਪੰਜ ਸੱਤ ਗਾਣਿਆਂ ਦੀ ਜਿਹੜੀ ਜਿਹੜੀ ਚੀਜ਼ ਵਧੀਆ ਲੱਗਦੀ ਉਸ ਦੇ ਵਿੱਚ ਪਾ ਦਿਆਂ। ਇਹ ਕੰਪੋਜੀਸ਼ਨ ਮੈਨੂੰ ਸੋਹਣੀ ਲੱਗਦੀ ਸੀਗੀ, ਇੱਕ ਗਾਣਾ ਹੋਰ ਸੀ ਮੇਰਾ ਚੰਡੀਗੜ੍ਹ, ਅਤੇ ਇਹ ਮੈਂ ਫਿਰ ਉਹ ਯੂਜ਼ ਕੀਤੀ ਇਸ ਗਾਣੇ 'ਚ। ਓਕੇ ਸੋ ਕਦੇ ਦਿਲਰਾਜ ਭਾਈ ਤਰਫ ਤੁਹਾਨੂੰ ਇਹ ਆਇਆ ਕਿ ਨਹੀਂ ਯਾਰ ਇਹ ਕੋਂਪੋ ਚੇਂਜ ਕਰੀਏ, ਪਹਿਲਾਂ ਹੋ ਚੁੱਕੀ ਹੈ? ਮੈਨੂੰ ਤਾਂ ਇਹਨੇ ਗਾ ਕੇ ਦੇਤਾ ਸੀ ਗਾਣਾ, ਕਹਿੰਦਾ ਐਂ ਗਾਉਣਾ, ਮੈਂ ਕਾਪੀ ਕਰ ਲਿਆ ਵੀਰੇ। ਸੋ ਤੁਹਾਨੂੰ ਕਿੰਨਾ ਟਾਈਮ ਲੱਗਿਆ ਕਾਪੀ ਕਰਨ ਨੂੰ ਭਾਜੀ? ਗੱਲ ਕਰੀ ਤੁਸੀਂ ਕਾਪੀ ਕੀਤਾ ਜਿਵੇਂ ਲੱਗਾ ਅੱਜ ਇਹਨੇ ਗਾਇਆ, ਅਤੇ ਰਾਤ ਨੂੰ ਅਸੀਂ ਘਰੇ ਗਏ ਇੱਥੇ ਰਹਿੰਦੇ ਹਾਂ ਜਿੱਥੇ, ਅਤੇ ਅਗਲੇ ਦਿਨ ਜਾ ਕੇ ਮੈਂ ਗਾਇਆ ਸੀ। ਮੈਨੂੰ ਨਹੀਂ ਸੀ ਉਮੀਦ, ਸੱਚੀ ਮੈਂ ਦਿਲੋਂ ਕਹਿਣਾ, ਮੈਂ ਨਹੀਂ ਵੀ ਮੈਂ ਕੋਈ ਕਲਾਕਾਰ ਵਾਲੀ ਗੱਲ ਜਾਂ ਕੋਈ ਗੱਲ ਆ, ਮੈਨੂੰ ਸੱਚੀ ਨਹੀਂ ਸੀ ਉਮੀਦ ਵੀਰੇ। ਮੈਂ ਤਾਂ ਵੈਸੇ ਅਸੀਂ ਬੈਠੇ, ਮੈਨੂੰ ਗਾਣਾ ਸੋਹਣਾ ਲੱਗਿਆ ਜਦੋਂ ਮੈਂ ਹਰਸਿਮਰਨ ਕੋਲੋਂ ਸੁਣਿਆ ਸੀ, ਤਾਂ ਮੈਨੂੰ ਇੱਦਾਂ ਸੀ ਕਿ ਆਹ ਗਾਣਾ ਕਰਨਾ ਚਾਹੀਦਾ, ਅਤੇ ਬਹੁਤ ਪਿਆਰ ਕੀਤਾ ਵੀਰੇ ਗਾਣੇ ਨੂੰ ਸਾਰਿਆਂ ਨੇ। ਥੈਂਕ ਯੂ ਸੋ ਮੱਚ ਬਾਈ। ਬੱਲੇ ਬੱਲੇ ਵਿਸ਼ੇਸ ਯੂ, ਆਲ ਦਾ ਬੈਸਟ ਤੁਹਾਡੇ ਆਉਣ ਵਾਲੇ ਪ੍ਰੋਜੈਕਟਸ ਲਈ, ਕਿ ਤੁਸੀਂ ਛੇਤੀ ਹੋਰ ਪ੍ਰੋਜੈਕਟਸ ਲੈ ਕੇ ਆਓ। ਥੈਂਕ ਯੂ ਫੋਰ ਕਮਿੰਗ। ਥੈਂਕ ਯੂ ਜੀ। ਥੈਂਕ ਯੂ ਸੋ ਮੱਚ।